ਤੁਸੀਂ ਵੇਖ ਰਹੇ ਹੋ ABC ਪੰਜਾਬ ਤੇ ਮੈਂ ਹਾਂ ਗਰਮ ਗੱਲ ਕਰ ਲਈਏ ਅੱਜ ਦੇ ਮੌਟਰਨ ਸਮੇਂ ਦੇ ਵਿੱਚ ਫੈਸ਼ਨ ਦੇ ਜਿਹੜੇ ਮਾਇਨੇ ਆ ਕਾਫੀ ਜ਼ਿਆਦਾ ਵੱਖਰੇ ਹੋ ਚੁੱਕੇ ਨੇ ਅੱਜ ਦੇ ਸਮੇਂ ਦੇ ਵਿੱਚ ਲੋਕ ਇਹ ਨੋਟਿਸ ਕਰਦੇ ਨੇ ਤੁਸੀਂ ਪਹਿਰਾਵਾ ਕਿਹੋ ਜਿਹਾ ਪਾਇਆ ਹੋਇਆ ਹੈ ਤੁਸੀਂ ਕੱਪੜੇ ਕਿੰਨੇ ਕੁ ਛੋਟੇ ਜਾਂ ਵੱਡੇ ਪਾਏ ਹੋਏ ਨੇ ਜਾਂ ਕਿਸ ਤਰੀਕੇ ਦਾ ਮੇਕਅਪ ਪਾਇਆ ਹੋਇਆ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਪਰੇ ਲੰਡਨ ਦੇ ਵਿੱਚ ਕੱਲ ਲੈਕਮੇ ਫੈਸ਼ਨ ਵੀਕ ਸੀ ਇਸ ਦੇ ਵਿੱਚ ਇੱਕ ਕੁੜੀ ਦੇ ਵੱਲੋਂ ਦਸਤਾਰ ਸਜਾ ਕੇ ਹਿੱਸਾ ਲਿਆ ਗਿਆ ਇਸ ਮੁਕਾਬਲੇ ਦੇ ਵਿੱਚ ਉਸ ਤੋਂ ਬਾਅਦ ਇਹ ਲੜਕੀ ਜਿਸ ਦਾ ਨਾਮ ਪ੍ਰਭ ਦੀਪਕੌਰ ਦੱਸਿਆ ਜਾ ਰਿਹਾ ਗੁਰਦਾਸਪੁਰ ਇਲਾਕੇ ਦੇ ਨਾਲ ਸੰਬੰਧ ਰੱਖਦੀ ਹੈ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਦੇ ਫੈਸ਼ਨ ਦੇ ਮਾਇਨੇ ਹੈ ਉਹਨਾਂ ਸਾਰਿਆਂ ਤੋਂ ਪਰੇ ਹਟ ਕੇ ਸਿੱਖੀ ਸਰੂਪ ਦੇ ਵਿੱਚ ਪ੍ਰਭ ਦੀਪਕੌਰ ਦੇ ਵੱਲੋਂ ਹਿੱਸਾ ਲਿਆ ਗਿਆ ਹੈ ਇਸ ਦੇ ਨਾਲ ਹੀ ਪ੍ਰਭ ਦੀਪਕੌਰ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਮੈਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਮੈਂ ਦੁਨੀਆ ਪਰ ਨੂੰ ਦਿਖਾਉਣਾ ਚਾਹੁੰਦੀ ਸੀ ਕਿ ਫੈਸ਼ਨ ਦੇ ਮਾਇਨੇ ਅਸਲ ਰੂਪ ਦੇ ਵਿੱਚ ਉਹ ਨਹੀਂ ਹੈ ਜੋ ਦੁਨੀਆ ਸਮਝਦੀ ਹੈ ਦਸਤਾਰ ਪਾ ਕੇ ਵੀ ਫੈਸ਼ਨ ਕੀਤਾ ਜਾ ਸਕਦਾ ਹੈ ਤੇ ਤੁਸੀਂ ਦੁਨੀਆ ਨੂੰ ਆਪਣੀ ਪ੍ਰਤਿਭਾ ਦਿਖਾ ਸਕਦੇ ਹੋ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹ ਇਸ ਨਾਲ ਹੀ ਗੁਰਦਾਸਪੁਰ ਇਲਾਕੇ ਦੇ ਨਾਲ ਸੰਬੰਧ ਰੱਖਦੀ ਹੈ ਜੰਪਾਲ ਕਲਨੌਰ ਦੀ ਦੱਸੀ ਜਾ ਰਹੀ ਹੈ ਕੈਲੀਫੋਰਨੀਆ ਦੇ ਲੰਡਨ ਦੇ ਵਿੱਚ ਲੈਕਮੇ ਫੈਸ਼ਨ ਵੀਕ ਹੋਇਆ ਸੀ ਪਹਿਲੀ ਵਾਰ ਸਿੱਖੀ ਸਰੂਪ ਦੇ ਵਿੱਚ ਦਸਤਾਰ ਬਨ ਕੇ ਸ਼ੋਅ ਦੇ ਵਿੱਚ ਜਲਵਾ ਦਿਖਾਇਆ ਹੈ ਸਿੱਖ ਕੌਮ ਦਾ ਨਾਂ ਦੁਨੀਆ ਪੱੜ ਦੇ ਵਿੱਚ ਰੋਸ਼ਨ ਕੀਤਾ ਹੈ ਇੱਥੇ ਦੱਸਣ ਯੋਗ ਹੈ ਕਿ ਪ੍ਰਪਤੀਪ ਕੋਰ ਕਸਬਾ ਕਲਨੌਰ ਦੇ ਸੇਵਾ ਮੁਕਤ ਹੈਲਥ ਇਨਸਪੈਕਟਰ ਦਿਲਬਖ ਸਿੰਘ ਦੀ ਤੀ ਹੈ ਲੰਡਨ ਦੇ ਵਿੱਚ ਦਸਤਾਰ ਸਜਾ ਕੇ ਉਹਨਾਂ ਦੇ ਵੱਲੋਂ ਇਸ ਲੈਕ ਮੇ ਫੈਸ਼ਨ ਵਿਕ ਸ਼ੋਅ ਦੇ ਵਿੱਚ ਭਾਗ ਲਿਆ ਗਿਆ ਤੇ ਮਾਨ ਸਤਕਾਰ ਮਿਲਿਆ ਹੈ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਸਿੱਕਾ ਚੱਲਿਆ ਹੈ ਇਸ ਦੇ ਨਾਲ ਹੀ ਆਪਣੀ ਪਹਿਚਾਣ ਦਸਤਾਰ ਸਜਾ ਕੇ ਬਣਾਈ ਹੈ ਉਸ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਦਸਤਾਰ ਬੰਨ੍ਹਦੀ ਹੈ ਸਕੂਲ ਦੇ ਵਿੱਚ ਵੀ ਉਸਨੇ ਦਸਤਾਰ ਬੰਨੀ ਹੈ ਤੇ ਇਸ ਦੇ ਨਾਲ ਹੀ ਇਸ ਸੰਬੰਧੀ ਸਕੂਲ ਅਧਿਆਪਕਾਂ ਦੇ ਵੱਲੋਂ ਕਰਵਾਈਆਂ ਉਸ ਦੀ ਮਾਤਾ ਨੂੰ ਦਸਤਾਰ ਸਜਾਉਣ ਸੰਬੰਧੀ ਵੀ ਕਿਹਾ ਗਿਆ ਸੀ ਤੇ ਮੇਰਾ ਮਾਂ ਨੇ ਮੈਨੂੰ ਹਮੇਸ਼ਾ ਹੀ ਇਹ ਹੀ ਕਿਹਾ ਕਿ ਧੀਏ ਕੁਝ ਵੀ ਕਰੀ ਪਰ ਦਸਤਾਰ ਨੂੰ ਨਾ ਛੱਡੀ ਤਾਂ ਇਸ ਕਰਕੇ ਮੈਂ ਆਪਣੇ ਮਾਤਾ ਪਿਤਾ ਦੀ ਸਿੱਖੀ ਦੇ ਉੱਪਰ ਚੱਲਦੇ ਹੋਏ ਅੱਜ ਮੈਂ ਦਸਤਾਰ ਸਜਾ ਕੇ ਹੀ ਆਪਣੇ ਸੁਪਨੇ ਨੂੰ ਪੂਰਾ ਕੀਤਾ ਹੈ ਤੇ ਮੈਂ ਦੁਨੀਆ ਨੂੰ ਦਿਖਾਇਆ ਹੈ ਕਿ ਦਸਤਾਰ ਪਾ ਕੇ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਪ੍ਰਤਿਭਾ ਦੁਨੀਆ ਭਰ ਦੇ ਵਿੱਚ ਦਰਸਾ ਸਕਦੇ ਹਾਂ ਤੇ ਦੁਨੀਆ ਵੀ ਸਾਡੇ ਪ੍ਰਤਿਭਾ ਨੂੰ ਅਪਣਾ ਰਹੀ ਹੈ ਤੇ ਪੂਰੀ ਦੁਨੀਆ ਦੇ ਵਿੱਚ ਲੋਕੀ ਦੇਖ ਵੀ ਰਹੇ ਨੇ ਇਸ ਦੇ ਨਾਲ ਹੀ ਪ੍ਰਪਦੀਪ ਕੌਰ ਦਾ ਕਹਿਣਾ ਸੀ ਕਿ ਮੇਰਾ ਸੁਪਨਾ ਸ਼ੁਰੂ ਤੋਂ ਸੀ ਗੁਰੂਆਂ ਦੀ ਬਾਣੀ ਦੀ ਦਾਤ ਜਿਹੜੀ ਸਾਨੂੰ ਬਖਸ਼ੀ ਗਈ ਹੈ ਦਸਤਾਰ ਦੀ ਉਹ ਪੂਰੀ ਦੁਨੀਆ ਦੇ ਵਿੱਚ ਦੱਸਾਂ ਤੇ ਦਸਤਾਰ ਕਿਸ ਤਰੀਕੇ ਦੇ ਨਾਲ ਸਾਡਾ ਮਾਣ ਹੈ ਸਤਿਕਾਰ ਹੈ ਉਸ ਨੂੰ ਵੀ ਮੈਂ ਦਿਖਾਉਣਾ ਇਸੇ ਨਾਲ ਹੀ ਹਾਲਾਂਕਿ ਪ੍ਰਪਦੀਪ ਕੌਰ ਦਾ ਕਹਿਣਾ ਹੈ ਕਿ ਮੈਨੂੰ ਇਸ ਬਾਬਤ ਕਾਫੀ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਆਈਆਂ ਕਿਉਂਕਿ ਸਿੱਖ ਬਾਣੀ ਦੇ ਵਿੱਚ ਜਦੋਂ ਮੇਰਾ ਮੇਕਅਪ ਹੁੰਦਾ ਸੀ ਤਾਂ ਉਸ ਵੇਲੇ ਮੈਨੂੰ ਜਿਹੜੀ ਦਸਤਾਰ ਹੈ ਉਸ ਨੂੰ ਲਾਣਾ ਪੈਂਦਾ ਸੀ ਇਸ ਦੇ ਨਾਲ ਹੀ ਪਹਿਲਾਂ ਤਾਂ ਮੈਨੂੰ ਪਰਮਿਸ਼ਨ ਲੈਣ ਦੇ ਵਿੱਚ ਕਾਫੀ ਦਿੱਕਤਾਂ ਆਈਆਂ ਕਿ ਮੈਂ ਆਪਣੇ ਬਾਣੇ ਦੇ ਵਿੱਚ ਰਹਿ ਕੇ ਹੀ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣਾ ਚਾਹੁੰਦੀ ਹਾਂ ਉਸ ਤੋਂ ਬਾਅਦ ਹਾਲਾਂਕਿ ਉਸ ਨੂੰ ਪਰਮਿਸ਼ਨ ਤਾਂ ਮਿਲ ਜਾਂਦੀ ਹੈ ਪਰ ਮੇਕਅਪ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਆਂਦੀ ਹੈ ਉਸ ਨੇ ਇਸ ਦੇ ਨਾਲ ਹੀ ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਨੌਜਵਾਨ ਇੱਕ ਸੋ ਕੋਲ ਬਣਨ ਦੇ ਲਈ ਕਦੀ ਆਪਣੇ ਕੇਸ ਕਟਵਾ ਦਿੰਦੇ ਨੇ ਕਦੀ ਕਿ ਦਸਤਾਰ ਨਹੀਂ ਸਜਾਉਂਦੇ ਨੇ ਤੇ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਦਾੜੀ ਤੱਕ ਕਟਵਾ ਲੈਂਦੇ ਨੇ ਤੇ ਉਸ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਇਹ ਜਾ ਕੇ ਦੱਸਦੇ ਨੇ ਕਿ ਹਾਂਜੀ ਅਸੀਂ ਸਿੱਖ ਧਰਮ ਤੋਂ ਸਬੰਧ ਨਹੀਂ ਰੱਖਦੇ ਤੇ ਕਈ ਵਾਰ ਤਾਂ ਲੋਕੀ ਜਿਹੜੇ ਹੈ ਕਾਫੀ ਜ਼ਿਆਦਾ ਸੰਘ ਮਹਿਸੂਸ ਕਰਦੇ ਨੇ ਸਿਰਫ ਦਸਤਾਰ ਬੰਨਣ ਨੂੰ ਲੈ ਕੇ ਉਹਨਾਂ ਨੌਜਵਾਨਾਂ ਦੇ ਮੂੰਹ ਤੇ ਇੱਕ ਚਪੇੜ ਵੀ ਹੈ ਦੇਖੋ ਕਿਸ ਤਰੀਕੇ ਦੇ ਨਾਲ ਫੈਸ਼ਨ ਦੀ ਦੁਨੀਆ ਦੇ ਵਿੱਚ ਵੀ ਅੱਜ ਦੇ ਸਮੇਂ ਦੇ ਵਿੱਚ ਪ੍ਰਪਦੀਪ ਕੌਰ ਵਰਗੀਆਂ ਧੀਆਂ ਜੜੀਆਂ ਨੇ ਪੰਜਾਬ ਦਾ ਮਾਣ ਵਧਾ ਰਹੀ ਨੇ ਤੇ ਸਿੱਖੀ ਦੇ ਉੱਪਰ ਚੱਲਦੇ ਹੋਏ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਇਸ ਤਰੀਕੇ ਦੀਆਂ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ